ਬਹੁਤ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਾਂ ਸੁਰਿੰਦਰ ਡੱਲਾ ਤੇ ਤੁਸੀਂ ਵੇਖ ਰਹੇ ਹੋ ਖਬਰ ਪੜਤਾਲ ਦੁਨੀਆ ਭਰ ਦੇ ਪੰਜਾਬੀ ਖਬਰ ਪੜਤਾਲ ਮੁੱਦੇ ਦੀ ਗੱਲ ਸਾਡੇ ਸਾਰੇ ਸ਼ੋਅ ਵੇਖ ਕੇ ਲਗਾਤਾਰ ਸੰਪਰਕ ਵੀ ਕਰਦੇ ਨੇ ਆਪਣੇ ਸੁਝਾਅ ਵੀ ਭੇਜਦੇ ਨੇ ਸੋ ਤੁਹਾਡੇ ਸੁਝਾਵਾਂ ਦਾ ਵੀ ਹਮੇਸ਼ਾ ਸਤਕਾਰ ਹੈ ਤੇ ਉਹਨਾਂ ਤੇ ਅਸੀਂ ਅਮਲ ਵੀ ਕਰਦੇ ਹਾਂ ਅੱਜ ਵਿਸ਼ਾ ਹੈਗਾ ਦੋ ਵੱਡੀਆਂ ਖਬਰਾਂ ਨੇ ਇੱਕ ਤਾਂ ਬੀਬੀ ਹਰਸ਼ਮ੍ਰਿਤ ਕੌਰ ਬਾਦਲ ਦਾ ਵਿਰੋਧ ਹੈ ਬਠਿੰਡਾ ਦੇ ਜੋਗਰ ਪਾਰਕ ਦੇ ਵਿੱਚ ਦੂਸਰਾ ਬੀਬੀ ਰਜਿੰਦਰ ਕੌਰ ਪੱਠਲ ਦਾ ਥੱਪੜ ਕਾਂਡ ਬੀਬੀ ਰਜਿੰਦਰ ਕੌਰ ਪਠਲ ਨੇ ਬੁਸ਼ਹਿਰਾ ਪ੍ਰਿੰਟ ਦੇ ਵਿੱਚ ਲਹਿਰਾ ਗਾਗਾ ਉਹਨਾਂ ਦਾ ਆਪਣਾ ਹਲਕਾ ਉੱਥੇ ਕਾਂਡ ਕੀਤਾ ਦੂਜੇ ਪਾਸੇ ਹਰਸ਼ਿਮਰਤ ਕੌਰ ਬਾਦਲ ਨੂੰ ਬਠਿੰਡਾ ਦੇ ਜੋਗਰ پارک ਵਿਖੇ ਸਵਾਲ ਪੁੱਛਿਆ ਗਿਆ ਬਰਗਾੜੀ ਦੇ ਮਸਲੇ ਤੇ ਬੇਅਦਬੀ ਦੇ ਮਸਲੇ ਤੇ ਬੀਬੀ ਹਰਸ਼ਿਮਰਤ ਕੌਰ ਬਾਦਲ ਨੇ ਕਹਿ ਦਿੱਤਾ ਕਿ ਇਹ ਵੋਟਾਂ ਦਾ ਵਕਤ ਹੈ ਇਸ ਵੇਲੇ ਮੈਂ ਸਵਾਲਾਂ ਦਾ ਜਵਾਬ ਨਹੀਂ ਦੇ ਸਕਦੀ ਇਹ ਦੋ ਮਸਲੇ ਸੀ ਔਰ ਇਹਨਾਂ ਦੋਹਾਂ ਮਸਲਿਆਂ ਤੇ ਮੈਂ ਸਿਆਸੀ ਚਿਹਰਾ ਦਿਖਾਉਣ ਦੀ ਕੋਸ਼ਿਸ਼ ਕਰਦਾ ਅਲੱਗ-ਅਲੱਗ ਤਰ੍ਹਾਂ ਨਾਲ ਸਿਆਸਤ ਇਹਦੇ ਤੇ ਹੋ ਰਹੀ ਐ। ਬੀਬੀ ਰਜਿੰਦਰ ਕੌਰ ਪੱਠਲ ਨੇ ਜਿਹੜਾ ਥੱਪੜकांड ਕੀਤਾ ਉਹਦੇ ਤੇ ਭਗਵੰਤ ਮਾਨ, ਬਿਕਰਮਜੀਠੀਆ, ਅਕਾਲੀ ਦਲ ਦੇ ਲੀਡਰ ਆਪ ਦੇ ਲੀਡਰ ਵਿਰੋਧ ਕਰ ਰਹੇ ਨੇ ਕਿ ਬੀਬੀ ਰਜਿੰਦਰ ਕੌਰ ਪੱਠਲ ਨੇ ਗਲਤ ਕੀਤਾ। ਔਰ ਹਰਸਿਮਰਤ ਬਾਦਲ ਦਾ ਜਿਹੜਾ ਸਵਾਲ ਦਾ ਜਵਾਬ ਨਾ ਦੇਣਾ ਔਰ ਜਿਹੜਾ ਵਿਰੋਧ ਉਹਨਾਂ ਦਾ ਜੋਗਰਪਾਰਕ ਵਿੱਚ ਹੋਇਆ। ਹਾਲਾਂਕਿ ਉਸ ਮੌਕੇ ਬੀਬੀ ਹਰਸਿਮਰਤ ਕੌਰ ਬਾਦਲ ਦੀਆਂ ਤਸਵੀਰਾਂ ਵਾਇਰਲ ਨੇ ਟੈਲੀਵਿਜ਼ਨ ਚੈਨਲਾਂ ਤੇ ਵੀ ਕਿ ਉਹ ਬੈਡਮਿੰਟਨ ਖੇਡ ਰਹੇ ਸੀ। ਜਦੋਂ ਭੀੜ ਇਕੱਠੀ ਸੀ ਉਦੋਂ ਬੀਬੀ ਹਰਸ਼ਿਮਰਤ ਕੌਰ ਬਾਦਲ ਕਹਿੰਦੇ ਕਿ ਇਹ ਵੇਲਾ ਜਵਾਬ ਦੇਣ ਦਾ ਨਹੀਂ ਪਰ ਉਹ ਬੈਡਮਿੰਟਨ 'ਚ ਹੱਥ ਜ਼ਰੂਰ ਅਜਮਾ ਰਹੇ ਸੀ ਆਪਣੇ ਭਾਵੇਂ ਕਿ ਜਿਹੜੇ ਸਿਆਸੀ ਲੀਡਰ ਨੇ ਉਹ ਸਵਾਲਾਂ ਦੇ ਪ੍ਰਤੀ ਗੰਭੀਰ ਨਹੀਂ ਐ ਭਾਵੇਂ ਬੀਬੀ ਹਰਸ਼ਿਮਰਤ ਕੌਰ ਬਾਦਲ ਨੇ ਭਾਵੇਂ ਰਜਿੰਦਰ ਕੌਰ ਪਠੱਲ ਨੇ ਜਾਂ ਹੋਰ ਸਿਆਸਤਦਾਨ ਨੇ ਭਾਵੇਂ ਕੈਪਟਨ ਅਮਰਿੰਦਰ ਹੀ ਕਿਉਂ ਨਹੀਂ ਭਾਵੇਂ ਨਰਿੰਦਰ ਮੋਦੀ ਕਿਉਂ ਨਹੀਂ ਇਹ ਸਾਰੇ ਜਿਹੜੇ ਆਮ ਸਵਾਲਾਂ ਨੇ ਉਹਨਾਂ ਤੇ ਜਵਾਬ ਦੇਣ ਤੋਂ ਬਚ ਰਹੇ ਨੇ ਔਰ ਭਗਵੰਤ ਮਾਨ ਕਹਿ ਰਿਹਾ ਹੈ ਕਿ ਅਸੀਂ ਲਗਾਤਾਰ ਪ੍ਰੇਰਿਤ ਕਰ ਰਹੇ ਹਾਂ ਲੋਕਾਂ ਨੂੰ ਕਿ ਤੁਸੀਂ ਲੀਡਰਾਂ ਤੋਂ ਸਵਾਲ ਪੁੱਛੋ ਭਗਵੰਤ ਮਾਨ ਕਹਿੰਦਾ ਮੈਨੂੰ ਵੀ ਸਵਾਲ ਪੁੱਛਦੇ ਨੇ ਲੀਡਰ ਤੇ ਆਮ ਲੋਕ ਤੇ ਮੈਂ ਜਵਾਬ ਦੰਨਾ ਤੇ ਸਾਰੇ ਲੀਡਰਾਂ ਨੂੰ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਨੇ ਵੈਸੇ ਇਸ ਮੁਲਕ ਚ ਇੱਕ ਨਵੀਂ ਬਹਿਸ ਸ਼ੁਰੂ ਹੋਈ ਹੈ ਕਿ ਲੀਡਰ ਸਿਰਫ ਆਪਣੀ ਗੱਲ ਕਹਿੰਦੇ ਨੇ ਉਹ ਕਿਸੇ ਦੀ ਸੁਣਦੇ ਨਹੀਂ ਸੋ ਹੁਣ ਵਕਤ ਇਹ ਆ ਗਿਆ ਕਿ ਲੀਡਰਾਂ ਨੂੰ ਸੁਣਨਾ ਪਊਗਾ ਜੇ ਲੀਡਰ ਨਹੀਂ ਸੁਣਨਗੇ ਤੇ ਲੋਕ ਸਵਾਲ ਕਰਦੇ ਰਹਿਣਗੇ ਔਰ ਉਹਦੇ ਨਾਲ ਲੀਡਰ ਦੀ ਆਪਣੀ ਜਿਹੜੀ ਸਿਆਸੀ ਕਦਰ ਹੈ ਉਹ ਘਟੇਗੀ ਰਹੀ ਗੱਲ ਬੀਬੀ ਰਜਿੰਦਰ ਕੌਰ ਪਠੱਲ ਦੇ ਥੱਪੜ ਮਾਰਨ ਦੀ ਸੱਚਮੁੱਚ ਅਜਿਹਾ ਨਹੀਂ ਹੋਣਾ ਚਾਹੀਦਾ ਸੀ ਕੋਈ ਵੀ ਲੀਡਰ ਕਿੰਨੇ ਵੀ ਗੁੱਸੇ 'ਚ ਕਿਉਂ ਨਾ ਆ ਜੇ ਸਵਾਲ ਪੁੱਛਣ ਵਾਲਾ ਕਿੰਨਾ ਵੀ ਮਾੜਾ ਸਵਾਲ ਕਿਉਂ ਨਾ ਪੁੱਛੇ ਥੱਪੜ ਨਾਲ ਅਟੈਕ ਨਹੀਂ ਹੋਣਾ ਚਾਹੀਦਾ ਸਿਹਤਮੰਦ ਲੋਕਤੰਤਰ 'ਚ ਨਹੀਂ ਹੋਣਾ ਚਾਹੀਦਾ ਸਭ ਤੋਂ ਪਹਿਲਾਂ ਰਾਜਾ ਵੜਿੰਗ ਦੀ ਗੱਲ ਕਰ ਲੈਂਦੇ ਆ ਰਾਜਾ ਵੜਿੰਗ ਨੇ ਬੀਬੀ ਹਰਸ਼ਿਮਰਤ ਕੌਰ ਬਾਦਲ ਤੇ ਸਵਾਲ ਖੜਾ ਕੀਤਾ ਰਾਜਾ ਵੜਿੰਗ ਤੋਂ ਵੀ ਇੱਕ ਪਿੰਡ 'ਚ ਸਵਾਲ ਪੁੱਛਿਆ ਗਿਆ ਸੀ ਔਰ ਵਿਰੋਧ ਵੀ ਹੋਇਆ ਸੀ ਜਦੋਂ ਵਿਰੋਧ ਹੋਇਆ ਤਾਂ ਰਾਜਾ ਵੜਿੰਗ ਸਾਹਿਬ ਕਹਿੰਦੇ ਕਿ ਇਹ ਵਿਰੋਧੀ ਧਿਰਾਂ ਵਾਲੇ ਨੇ ਤਾਂ ਵਿਰੋਧ ਕਰ ਰਹੇ ਨੇ ਪਰ ਇੱਕ ਬੀਬੀ ਨੇ ਜਦੋਂ ਸਵਾਲ ਪੁੱਛੇ ਕਿ ਤੁਸੀਂ ਪੰਜ ਕੰਮ ਗਿਣਾਓ ਤਾਂ ਰਾਜਾ ਵੜਿੰਗ ਨੇ ਉਹ ਸਵਾਲਾਂ ਦਾ ਜਵਾਬ ਦਿੱਤਾ ਸੀ ਭਾਵੇਂ ਉਹ ਜਵਾਬ ਗੋਲਮੋਲ ਸੀ ਪਰ ਹਰਸ਼ਿਮਰਤ ਕੋਰ ਬਾਦਲ ਨੇ ਕੋਈ ਜਵਾਬ ਨਹੀਂ ਦਿੱਤਾ ਹਰਸ਼ਿਮਰਤ ਕੋਰ ਬਾਦਲ ਦੇ ਜਵਾਬ ਨਾ ਦੇਣ ਤੇ ਰਾਜਾ ਵੜਿੰਗ ਦਾ ਪਲਟਵਾਰ ਕੀ ਹੈ ਇਹ ਸੁਣਦਿਆਂ ਰਾਜਾ ਵੜਿੰਗ ਨੇ ਬੀਬੀ ਹਰਸ਼ਿਮਰਤ ਕੋਰ ਬਾਦਲ ਨੂੰ ਕੀ ਕੀ ਕਹਿ ਦਿੱਤਾ ਇਹ ਸੁਣਦਿਆਂ ਔਰ ਨਾਲ ਹੀ ਇਹ ਵੀ ਸੁਖਵੀਰ ਤੇ ਵੀ ਰਾਜਾ ਵੜਿੰਗ ਨੇ ਇੱਕ ਟਿੱਪੀ ਟਿੱਖੀ ਟਿੱਪਣੀ ਕੀਤੀ ਹੈ ਅਜਿਹੇ ਸ਼ਬਦ ਨਹੀਂ ਵਰਤਨੇ ਚਾਹੀਦੇ ਭਾਵੇਂ ਸੁਖਬੀਰ ਹੈ ਭਾਵੇਂ ਸਿੱਧੂ ਹੈ ਭਾਵੇਂ ਰਾਜਾ ਵੜਿੰਗ ਹੈ ਸਿੱਧੂ ਵੀ ਕਈ ਵਾਰੀ ਮੈਂਟਲ ਕਹਿ ਦਿੰਦਾ ਕਿਸੇ ਲੀਡਰ ਨੂੰ ਕਈ ਵਾਰੀ ਸੁਖਬੀਰ ਬਾਦਲ ਵੀ ਮੈਂਟਲ ਕਹਿ ਦਿੰਦਾ ਅੱਜ ਰਾਜਾ ਵੜਿੰਗ ਨੇ ਵੀ ਸੁਖਬੀਰ ਬਾਦਲ ਬਾਰੇ ਕੁਝ ਅਜੀਬ ਆਇਆ ਕਹਿਤਾ ਹਰ ਸਿਮਰਤ ਤੇ ਸੁਖਬੀਰ ਬਾਦਲ ਤੇ ਜਿਹੜਾ ਰਾਜਾ ਵੜਿੰਗ ਦਾ ਤਾਜ਼ਾ ਬਿਆਨ ਹੈ ਇਹਨੂੰ ਸੁਣਦਿਆਂ ਪਰ ਰਾਜਾ ਵੜਿੰਗ ਜਿਹੜਾ ਸ਼ਬਦ ਕਹਿ ਰਿਹਾ ਉਹ ਸ਼ਬਦ ਨਹੀਂ ਵਰਤਣਾ ਚਾਹੀਦਾ ਕਿਸੇ ਵੀ ਲੀਡਰ ਬਾਰੇ ਮੈਂ ਤਾਂ ਕਿਹਾ ਕਿ ਪਾਗਲ ਹੋ ਗਿਆ ਸੁਖਬੀਰ ਸਿੰਘ ਬਾਦਲ ਪੂਰਾ ਬਾਪ ਜੇ ਜਿਉਂਦਾ ਬੈਠਾ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰੀ ਮੁੱਖ ਮੰਤਰੀ ਰਹੇ ਹੈ ਜਿਹੜਾ ਵਿਅਕਤੀ ਇੰਨਾ ਕਾਲਾ ਹੈ ਕਿ ਮੈਨੂੰ ਛੇਤੀ ਆਪ ਦੇ ਬਾਪ ਦੀ ਕੁਰਸੀ ਮਿਲ ਜਾਏ ਔਰ ਇਸ ਤਰ੍ਹਾਂ ਦਾ ਬੇਤੁਕਾ ਬਿਆਨ ਦੇਣਾ ਹਜੇ ਤਾਂ 14 ਸੀਟਾਂ ਤੇ ਸਿਮਟ ਕੇ ਰਹਿ ਗਿਆ ਖਾਲੀ दल ਹਜੇ ਤਾਂ ਆਪੋਜੀਸ਼ਨ ਚ ਨਹੀਂ ਹੈ ਤੁਸੀਂ 2022 ਦੀ ਗੱਲ ਕਰ ਰਹੇ ਹੋ ਨਪੇਰਾ ਹੋ ਜੂਗਾ ਸੁਖਵੀਰ ਬਾਦਲ ਵੀ ਹਾਰ ਜਾਣਗੇ ਅਰ ਸਿਮਰਤ ਵੀ ਹਾਰ ਜਾਣਗੀਆਂ 13 ਨਹੀਂ 13 ਸੀਟਾਂ ਜਦੋਂ ਕਾਂਗਰਸ ਪਾਰਟੀ ਜਿੱਤੇਗੀ ਤਾਂ ਮੈਨੂੰ ਲੱਗਦਾ ਆ ਕਾਲੀ ਦਾ ਬਾਦਲ ਮੁਕੰਮਲ ਤੌਰ ਤੇ ਖਤਮ ਹੋ ਜਾਏਗਾ ਉਹ ਮੁੱਖ ਮੰਤਰੀ ਦੇ ਸੁੱਕਣ ਲਈ ਜਾਂਦਾ ਇੱਕ ਦੋ ਸਵਾਲ ਕਰਨੇ ਚਾਹੁੰਦਾ ਆ ਵੀਪਾ ਸਵਾਲਾਂ ਦੇ ਜਵਾਬ ਜਰੂਰ ਦੇ ਕੇ ਜਾਣ ਪਹਿਲਾ ਸਵਾਲ ਇਸ ਸਵਾਲਾਂ ਦਾ ਟਾਈਮ ਨਹੀਂ ਹੈ ਮੇਰੇ ਇਹ ਵੋਟਾਂ ਦਾ ਟਾਈਮ ਹੈ ਚਲੋ ਅਸੀਂ ਭੁੱਲਰ ਭਾਈ ਚਾਰਾ ਬਿਲਕੁਲ ਵੋਟ ਨਹੀਂ ਪਾਵਾਂਗੇ ਇਸ ਸਵਾਲਾਂ ਦਾ ਟਾਈਮ ਨਹੀਂ ਹੈ ਮੇਰੇ ਇਹ ਵੋਟਾਂ ਦਾ ਟਾਈਮ ਹੈ ਚਲੋ ਅਸੀਂ ਭੁੱਲਰ ਭਾਈ ਚਾਰਾ ਬਿਲਕੁਲ ਵੋਟ ਨਹੀਂ ਪਾਵਾਂਗੇ ਔਰ ਹੁਣ ਗੱਲ ਕਰਾਂਗੇ ਭਗਵੰਤ ਮਾਨ ਦੀ ਰਜਿੰਦਰ ਕੌਰ ਪੱਠਲ ਨੇ ਜਦੋਂ ਥੱਪੜकांड ਕੀਤਾ ਉਸ ਤੋਂ ਬਾਅਦ ਬੀਬੀ ਰਜਿੰਦਰ ਕੌਰ ਪੱਠਲ ਨੇ ਕੀ ਕੀਤਾ ਤੇ ਉਹ ਨੌਜਵਾਨ ਉਸ ਦਾ ਨਾਮ ਮੈਨੂੰ ਪਤਾ ਹੈ ਪਰ ਮੈਂ ਉਸ ਦਾ ਨਾਮ ਨਹੀਂ ਲਵਾਂਗਾ ਉਸ ਨੌਜਵਾਨ ਨੇ ਕਿਵੇਂ ਆਪਣਾ ਗੁੱਸਾ ਪ੍ਰਗਟ ਕੀਤਾ ਉਹਨਾਂ ਦੋਹਾਂ ਦੀ ਗੱਲ ਵੀ ਸੁਣ ਲਈਏ ਇਹ ਘਟਨਾ ਸਿਆਸੀ ਮੁੱਦਾ ਬਣ ਗਈ ਹੈ ਅੱਜ ਕੀ ਕੀ ਰਿਐਕਸ਼ਨ ਆਏ ਨੇ ਪਹਿਲਾਂ ਇਹ ਸੁਣਾਉਣੇ ਆ ਫਿਰ ਬੀਬੀ ਰਜਿੰਦਰ ਕੌਰ ਪੱਠਲ ਤੇ ਉਸ ਨੌਜਵਾਨ ਦੀ ਗੱਲ ਸੁਣਾਵਾਂਗੇ ਜਿਸ ਨਾਲ ਇਹ ਥੱਪੜकांड ਵਾਪਰਿਆ ਪਹਿਲਾਂ ਅੱਜ ਦੇ ਪੋਲੀਟੀਕਲ ਰਿਐਕਸ਼ਨ ਲੈ ਲਈਏ ਆਮ ਆਦਮੀ ਪਾਰਟੀ ਦੇ ਲੀਡਰ ਭਾਵੇਂ ਭਗਵੰਤ ਮਾਨ ਹੈ ਭਾਵੇਂ ਬੀਬੀ ਬਲਜਿੰਦਰ ਕੌਰ ਹੈ ਜਾਂ ਬਿਕਰਮ ਮਜੀਠੀਆ ਬਿਕਰਮ ਮਜੀਠੀਆ ਨੇ ਇਸ ਗੱਲ ਤੇ ਟਿੱਪਣੀ ਨਹੀਂ ਕੀਤੀ ਕਿ ਹਰਸ਼ਮਰਿਤ ਕੌਰ ਬਾਦਲ ਨੂੰ ਸਵਾਲ ਦਾ ਜਵਾਬ ਦੇਣਾ ਚਾਹੀਦਾ ਸੀ ਜਾਂ ਨਹੀਂ ਪਰ ਬਿਕਰਮ ਮਜੀਠੀਆ ਨੇ ਇਸ ਗੱਲ ਤੇ ਟਿੱਪਣੀ ਕੀਤੀ ਕਿ ਬੀਬੀ ਰਜਿੰਦਰ ਕੌਰ ਨੂੰ ਸਵਾਲ ਦਾ ਜਵਾਬ ਦੇਣਾ ਚਾਹੀਦਾ ਸੀ ਉਹਦੇ ਉੱਪਰ ਬਿਕਰਮ ਮਜੀਠੀਆ ਦਾ ਰਿਐਕਸ਼ਨ ਔਰ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਰਿਐਕਸ਼ਨ ਲੱਗੋ ਮੈਂ ਤਾਂ ਅੱਜ ਮਹਿਸੂਸ ਕਰਦਾ ਕਿ ਬੀਬੀ ਭੱਟਲ ਜੀ ਮਾਫੀ ਮੰਗਣ ਬੀਬੀ ਭੱਟਲ ਜੀ ਦੇ ਇਸ ਕਾਰਵਾਈ ਦੇ ਖਿਲਾਫ ਜੋ ਉਹਨਾਂ ਨੇ ਹਰ ਇੱਕ ਕਾਰ ਕੀਤਾ ਉਦੇ ਖਿਲਾਫ ਪਰਚਾ ਦਰਜ ਹੋਵੇ ਉਸ ਨੌਜਵਾਨ ਨੂੰ ਸਨਮਾਨਿਤ ਕਰਨ ਦਾ ਕੰਮ ਸ਼੍ਰੋਮਣੀ ਅਕਾਲੀ ਦਲ ਦਾ ਨੌਜਵਾਨ ਵਿੰਗ ਕਰੂਗਾ ਉਸ ਨੌਜਵਾਨ ਨਾਲ ਹਰ ਤਰੀਕੇ ਨਾਲ ਖੜਨ ਦਾ ਕੰਮ ਜੂਤ ਅਕਾਲੀ ਦਲ ਦਾ ਨੌਜਵਾਨ ਕਰੂਗਾ ਨਹੀਂ ਇਹ ਬਹੁਤ ਮਾੜੀ ਗੱਲ ਹੈ ਇਹਦਾ ਮਤਲਬ ਜੇ ਉਹਨਾਂ ਨੇ ਕਿਸੇ ਦਾ ਥੱਪਣ ਮਾਰੇ ਕਿਉਂਕਿ ਜਿਹੜੇ ਵੀ ਅਸੀਂ ਵੋਟ ਲੈਂਦੇ ਆ ਉਹਨਾਂ ਦਾ ਸ਼ਬਦਾ ਹੱਕ ਆ ਕਿ ਜੇ ਅਸੀਂ ਉਹਨਾਂ ਦੀ ਕਚਹਿਰੀ ਚ ਕੋਰਟ ਮੰਗਣ ਆਉਣੇ ਆ ਤਾਂ ਉਹਨਾਂ ਨੂੰ ਇਹ ਵੀ ਅਧਿਕਾਰ ਹੈਗਾ ਉਹਨਾਂ ਦਾ ਇਹ ਵੀ ਰਾਈਟ ਆ ਕਿ ਉਹ ਸਾਨੂੰ ਜਦੋਂ ਮਰਜ਼ੀ ਸਵਾਲ ਕਰ ਸਕਦੇ ਆ ਸੋ ਮੈਂ ਮਤੇ ਕਹੂੰਗੀ ਕਿ ਸਰਕਾਰ ਦੀ ਬਰੇਕੁੰਡਾ ਕਰਦੀ ਬਹੁਤ ਹੀ ਸ਼ਰਮਨਾਕ ਜਿਹੜੀ ਗੱਲ ਹੈ ਕਿ ਬੀਬੀ ਰਜਿੰਦਰ ਕੌਰ ਪੱਠਲ ਜੀ ਨੇ ਬਸ਼ਹਿਰਾ ਪਿੰਡ ਦੇ ਇੱਕ ਨੌਜਵਾਨ ਜਿਹੜਾ ਕਿ ਸਵਾਲ ਪੁੱਛਦਾ ਸੀ ਉਹਨਾਂ ਨੂੰ ਉਹਦੇ ਥੱਪੜ ਮਾਰਿਆ ਇਹ ਹੁਣ ਆਪਣੇ ਕਰ ਕਮਲਾਨਾ ਲੋਕਾਂ ਨੂੰ ਕੁੱਟਣ ਲੱਗੇ ਇਹ ਇਹਨਾਂ ਦੀ ਬਖਲਾਹਟ ਹੈ ਮੈਂ ਸਖ ਸ਼ਬਦਾਂ ਚ ਇਹ ਨਿੰਦਿਆ ਕਰਦਾ ਕਿਉਂਕਿ ਡੈਮੋਕ੍ਰੈਟਿਕ ਰਾਈਟ ਆ ਉਹਨਾਂ ਦਾ ਹੱਕ ਹੈ ਇਹ ਕਿ ਉਹ ਸਵਾਲ ਪੁੱਛ ਸਕਦੇ ਨੇ ਮੈਨੀਫੈਸਟੋ ਪੁਰਾਣੇ ਕਿਉਂ ਨਹੀਂ ਪੂਰੇ ਹੋਏ ਉਹ ਆਪਣੇ ਲੀਡਰ ਨੂੰ ਸਵਾਲ ਪੁੱਛ ਕੇ ਵੀਟ ਪਾਉਣ ਦਾ ਮੂਡ ਬਣਾਉਣਗੇ ਨਾ ਜਿਸ ਸਵਾਲ ਦਾ ਜਵਾਬ ਦੇ ਕੇ ਸੈਟੀਸਫਾਈ ਕਰ ਲੈਂਦੇ ਸ਼ਾਇਦ ਉਹ ਵੋਟ ਪਾ ਦਿੰਦਾ ਪਰ ਇਸ ਤਰ੍ਹਾਂ ਸ਼ਰਿਆਂਵ ਲੋਕਾਂ ਨੂੰ ਇਹ ਕੋਟਣ ਲੱਗ ਗਏ ਕਦੇ ਪਟਿਆਲੇ ਕੋਟ ਦੇ ਦੇ ਧਰਨੇ ਵਾਲੇ ਨੂੰ ਹੁਣ ਵੋਟਾਂ ਪਾਉਣ ਤੋਂ ਵੋਟਾਂ ਵੇਲੇ ਥੱਪੜ ਪੈਂਦੇ ਲੋਕਾਂ ਦੇ ਬਹੁਤ ਹੀ ਸ਼ਰਮਨਾਕ ਹੈ ਔਰ ਇਹ ਇਹਦਾ ਮਤਲਬ ਇਹ ਹੁਣ ਬੁਖਲਾਏ ਹੋਏ ਨੇ ਇਹ ਲੋਕ ਲੋਕ ਪਹਿਲਾਂ ਬੋਲਦੇ ਨਹੀਂ ਸੀ ਹੁਣ ਉਹਨਾਂ ਚ ਹਿੰਮਤ ਭਰੀ ਗਈ ਤੇ ਲੋਕ ਸਵਾਲ ਪੁੱਛਦੇ ਨੇ ਜਵਾਬ ਦਿਓ ਮੈਨੂੰ ਵੀ ਸਵਾਲ ਪੁੱਛਦੇ ਲੋਕ ਮੈਂ ਜਵਾਬ ਦਿੰਨਾ ਸੈਟੀਸਫਾਈ ਹੁੰਦੇ ਨੇ ਜਿੰਦਾਬਾਦ ਦੇ ਨਾਰੇ ਲਾਉਂਦੇ ਨੇ ਜਵਾਬ ਦਿਓ ਮੈਡਮ ਇਹ ਇਸ ਤਰ੍ਹਾਂ ਹੱਥੋਂ ਪਾਈ ਤੇ ਨਾ ਉਤਰੋ ਕਿਉਂਕਿ ਲੋਕ ਹੋਣ ਤੁਹਾਨੂੰ ਪਿੰਡਾਂ ਦੇ ਵਿੱਚ ਸਵਾਲ ਕਰਨਗੇ ਔਰ ਤੁਹਾਨੂੰ ਜਵਾਬ ਲੈ ਕੇ ਜਾਣੇ ਪੈਣਗੇ ਨਹੀਂ ਤਾਂ ਫਿਰ ਪਿੰਡਾਂ ਜਾਣ ਦੇ ਪ੍ਰੋਗਰਾਮ ਕੈਂਸਲ ਕਰ ਦੋ। ਸੋ ਤੁਸੀਂ ਸਾਰੀਆਂ ਪੋਲਿਟਿਕਲ ਧਿਰਾਂ ਦਾ ਰਿਐਕਸ਼ਨ ਸੁਣਿਆ। ਇਹ ਮੁੱਦਾ ਸਿਆਸੀ ਬਣ ਗਿਆ। ਆਉਂਦੇ ਦਿਨਾਂ 'ਚ ਮੈਨੂੰ ਲੱਗਦਾ ਜਿਵੇਂ ਜਿਵੇਂ ਚੋਣਾਂ ਆ ਕੇ ਵਧਣਗੀਆਂ ਇਹ ਮੁੱਦਾ ਹੋਰ ਸਿਆਸੀ ਬਣੂਗਾ ਔਰ ਪਤਾ ਹੀ ਲੱਗਿਆ ਕਿ ਬੁਸ਼ਹਿਰਾ ਪਿੰਡ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਇਹ ਫੈਸਲਾ ਕਰ ਲਿਆ ਹੈ ਕਿ ਅਸੀਂ ਕਾਂਗਰਸ ਦਾ ਬਾਇਕਾਟ ਕਰ ਸਕਦੇ ਹਾਂ। ਸੋ ਲੋਕਤੰਤਰ ਹੈ ਉਹਨਾਂ ਨੂੰ ਇਹ ਨਹੀਂ ਕਵਾਂਗਾ ਕਿ ਉਹ ਬਾਈਕਾਟ ਕਰਨ ਬਲਕਿ ਉਹ ਇਹ ਜ਼ਰੂਰ ਕਹਿ ਸਕਦੇ ਨੇ ਕਿ ਅਸੀਂ ਨੋਟਾ ਦਬ ਕੇ ਆਵਾਂਗੇ ਸੋ ਗੁੱਸਾ ਪ੍ਰਗਟ ਕਰਨ ਦਾ ਜਿਹੜਾ ਕਾਨੂੰਨੀ ਢੰਗ ਹੈ ਅਗਰ ਸਾਡੇ ਵੋਟਰ ਉਹ ਵਰਤ ਲੈਣ ਤੇ ਇਲੈਕਸ਼ਨ ਕਮਿਸ਼ਨ ਤੇ ਵੀ ਦਬਾਅ ਪਾਏਗਾ ਕਿ ਆਉਂਦੇ ਸਮਿਆਂ ਦੇ ਵਿੱਚ ਜਿਹੜੇ ਚੋਣ ਸੁਧਾਰ ਨੇ ਉਹ ਕਿਸ ਦਿਸ਼ਾ 'ਚ ਕੀਤੇ ਜਾਣ ਸੋ ਪਿੰਡ ਵੱਲੋਂ ਬਾਈਕਾਟ ਜਾਂ ਵੋਟਾਂ ਨਾ ਪਾਉਣ ਦੀ ਗੱਲ ਦੀ ਬਜਾਏ ਉਹ ਇਹ ਕਹਿਣ ਕਿ ਅਸੀਂ ਸਾਰੇ ਨੋਟਾ ਦਬਾਂਗੇ ਤੇ ਉਹ ਆਪਣੇ ਗੁੱਸੇ ਨੂੰ ਪ੍ਰਗਟ ਕਰ ਸਕਦੇ ਨੇ ਪਰ ਪਤਾ ਇਹ ਵੀ ਲੱਗਿਆ ਕਿ ਕਾਂਗਰਸੀ ਵੀ ਕਿਤਨਾ ਕਿਤੇ ਆਪਸ ਦੇ ਵਿੱਚ ਸਮਝੌਤੇ ਦੀਆਂ ਕੋਸ਼ਿਸ਼ਾਂ ਦੇ ਵਿੱਚ ਰੁੱਝ ਗਏ ਨੇ ਬੀਬੀ ਰਜਿੰਦਰ ਕੌਰ ਪਠੱਲ ਦੇ ਆਲੇ ਦੁਆਲੇ ਦੇ ਜਿਹੜੇ ਲੀਡਰ ਨੇ ਉਹ ਵੀ ਉਸ ਨੌਜਵਾਨ ਦੇ ਨਾਲ ਸੰਪਰਕ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਵਿੱਚ ਕੋਈ ਵਿਚੋਲਾ ਪਾਇਆ ਜਾਏਗਾ ਤਾਂ ਕਿ ਕੋਈ ਸਮਝੌਤੇ ਦਾ ਰਾਹ ਨਿਕਲੇ ਕਿਉਂਕਿ ਚੋਣਾਂ ਦਾ ਵਕਤ ਹੈ ਇਹ ਪਤਾ ਹੈ ਬੀਬੀ ਰਜਿੰਦਰ ਕੌਰ ਪਠੱਲ ਨੂੰ ਵੀ ਕਿ ਚੋਣਾਂ ਦੇ ਵਕਤ ਦੇ ਵਿੱਚ ਅਜਿਹਾ ਮਾਹੌਲ ਬਣਾਇਆ ਆਉਂਦੇ ਸਮੇਂ 'ਚ ਨੁਕਸਾਨ ਦਾ ਇੱਕ ਹੋ ਸਕਦਾ ਹੈ ਕਿਉਂਕਿ ਰਜਿੰਦਰ ਕੌਰ ਪਠੱਲ ਉਹਨਾਂ ਨੇ ਚੋਣ ਲਹਿਰਾਗਾਗਾ ਤੋਂ ਫੇਰ ਲੜਨੀ ਵਿਧਾਨ ਸਭਾ ਦੀ 2.5-3 ਸਾਲ ਬਾਅਦ ਸੋ ਇਹ ਜਿਹੜਾ ਮੁੱਦਾ ਹੈ ਇਹ ਕਿਤਨਾ ਕਿਤੇ ਬੀਬੀ ਰਜਿੰਦਰ ਕੌਰ ਪੱਠਲ ਲਈ ਵੀ ਚੁਣੌਤੀ ਬਣ ਸਕਦਾ ਹੈ ਬੀਬੀ ਰਜਿੰਦਰ ਕੌਰ ਪੱਠਲ ਨੇ ਕੀ ਕੀਤਾ ਜਦੋਂ ਇਹ ਥੱਪੜकांड ਹੋਇਆ ਔਰ ਉਸ ਨੌਜਵਾਨ ਨੇ ਕੀ ਕੀਤਾ ਜਿਹੜਾ ਉਸ ਵਕਤ ਸਵਾਲ ਪੁੱਛ ਰਿਹਾ ਸੀ ਇਹਨਾਂ ਦੋਹਾਂ ਦੀ ਗੱਲ ਵੀ ਸੁਣਾ ਦਈਏ ਕੋਈ ਵੀ ਮਾਮਲਾ ਨਹੀਂ ਕੋਈ ਵੀ ਗੱਲ ਨਹੀਂ ਸਾਰਿਆਂ ਥਾਂਾਂ ਤੇ ਸਾਡੀਆਂ ਬਹੁਤ ਵਧੀਆ ਪੀਸਫੁਲ ਮੀਟਿੰਗਾਂ ਹੋਈਆਂ ਨੇ ਕਿ ਅਸੀਂ ਕਰਦੇ ਆਂ ਔਰ ਜੇ ਕੋਈ ਸਿਆਣੇ ਬੰਦਾ ਕੋ ਗਲਤ ਤਰੀਕੇ ਨਾਲ ਪੁੱਛਣੀ ਚਾਹੁੰਦਾ ਸਾਡੇ ਬੱਚੇ ਨੇ ਸਾਨੂੰ ਚਿਕਿਤਰਾਜ ਹੈ ਲੇਕਿਨ ਜੇ ਕੋਈ ਬੰਦਾ ਕਿਸੇ ਦੇ ਸਮਾਗਮ ਚ ਘਰ ਚ ਪੋਲੀਟਿਕਲ ਚ ਜਾ ਕੇ ਇੱਕ ਐਵੇਂ ਕਾਪੀ ਕੇ ਖਰਾਬ ਕਰੇ ਫੰਕਸ਼ਨ ਪਿੰਡ ਦੇ ਲੋਕ ਪ੍ਰਦਰਸ਼ਨ ਨਹੀਂ ਕਰਦੇ ਤੋ ਇੱਕ ਲੜਕਾ ਸੀਗਾ ਜਿਹੜਾ ਉੱਥੇ ਕਹਿ ਰਿਹਾ ਸੀਗਾ ਸਵਾਲ ਉਹਨੂੰ ਸਵਾਲ ਹੀ ਨਹੀਂ ਸੀ ਬੋਲੇ ਜਾ ਰਹੇ ਕੋਲੋਂ ਸਾਹਿਬ ਨੇ ਕਿਹਾ ਬਾਅਦ ਦੇ ਵਿੱਚ ਤੁਹਾਨੂੰ ਪੁੱਛ ਲਈਂ ਦੇ ਚੜਦੇ ਦੇ ਸਵਾਲ ਕਰਦਾਂਗੇ ਤੋ ਉਹ ਮੁੰਡਿਆਂ ਦੇ ਨਾਲ ਨਹੀਂ ਮੈਂ ਹੁਣੇ ਬੋਲਣਾ ਫੰਕਸ਼ਨ ਖਰਾਬ ਕਰਦਾ ਸੋ ਇਹਨਾਂ ਪਰੇ ਕਰ ਤਾਂ ਗੱਲ ਚਾਹੀਏ ਮੈਂ ਇਹ ਪੁੱਛਣਾ ਚਾਹ ਰਿਹਾ ਜੀ ਕਿ ਪਿਛਲੇ 20 ਸਾਲਾਂ ਤੋਂ ਅਸੀਂ ਬੀਬੀ ਪੱਠਣ ਨੂੰ ਇੱਕੋ ਹੀ ਕੁਐਸਚਨ ਕਰਦੇ ਆ ਰਹੇ ਹਾਂ ਸਾਡੇ ਪਿੰਡ ਦਾ ਜੋ ਗੰਦਾ ਪਾਣੀ ਹੈ ਉਹ ਕਿਧਰੋਂ ਕੱਢੀ ਹੈ ਕਿਸ ਤਰ੍ਹਾਂ ਕੱਢਿਆ ਜਾਵੇ ਬੀਬੀ ਪਟਲ ਹਰਵਾਰੀ ਕਹਿੰਦੀ ਹਾਂ ਮੈਂ ਕਰ ਦਊਂਗੀ ਪਰ 20 ਸਾਲਾਂ ਤੋਂ ਉਹਦਾ ਇਹੀ ਜਵਾਬ ਹੈ ਜਿੰਨਾ ਕੁਝ ਹੋਇਆ ਨਾ ਕੁਝ ਹੋਣਾ ਹੈ ਅੱਜ ਵੀ ਮੈਂ ਉਹੀ ਸਵਾਲ ਪੁੱਛਣੇ ਸੀਗੇ ਉਸ ਤਰ੍ਹਾਂ ਦੇ ਸਵਾਲ ਪੁੱਛਣੇ ਸੀਗੇ ਨੌਜਵਾਨਾਂ ਦੀ ਰੋਜ਼ਗਾਰ ਬਾਰੇ ਮੈਂ ਖੁਦ ਪੜਿਆ ਲਿਖਿਆ ਹੈਗਾ ਐਮਟੈਕ ਆਈਟੀ ਕੀਤੀ ਹੋਈ ਹੈ ਮੇਰੀ ਮੈਨੂੰ ਰੋਜ਼ਗਾਰ ਦੀ ਮਤਲਬ ਇਹ ਮੈਂ ਕਹਿ ਦਾਂਗਾ ਕਿ ਜ਼ਰੂਰਤ ਤਾਂ ਸਭ ਨੂੰ ਹੁੰਦੀ ਹੈ ਬਟ ਮੈਂ ਆਪਣਾ ਹੀਲਾ ਕੀਤਾ ਹੋਇਆ ਹੈ ਬਟ ਇਸ ਤਰ੍ਹਾਂ ਦੇ ਬਹੁਤ ਸਾਰੇ ਹੋਰ ਨੌਜਵਾਨ ਨੇ ਜੋ ਲਹਿਰੇ ਏਰੀਆ 'ਚ ਫਿਰਦੇ ਨੇ बीटेक ਕਰਦੇ ਨੇ ਬੀਬੀ ਪਠੱਲ ਨੇ ਜਾਂ ਉਹਨਾਂ ਦੇ ਨਾਮ ਤੇ ਕੋਈ ਕਾਲਜ ਹੈਗਾ ਟੈਕਨੀਕਲ ਕਾਲਜ ਲੈਰੇ ਚ ਉਸ ਤੋਂ ਹੀ ਬਹੁਤ ਸਾਰੇ ਬੱਚੇ ਬੀਟੈਕ ਐਮਟੈਕ ਵਗੈਰਾ ਕਰਦੇ ਹੋਣੇ ਆ ਸਾਰੇ ਮੋਸਟਲੀ ਬੇਰੋਜ਼ਗਾਰ ਹੈ ਮੋਸਟਲੀ ਤਾਂ ਮੰਨ ਲਓ ਵੀ ਸਿਰਫ ਕਾਲਜ ਖੋਲ੍ਹ ਦੇਣਾ ਜਾਂ ਕਿਸੇ ਚੀਜ਼ ਦਾ ਕੋਈ ਹੱਲ ਨਹੀਂ ਕਰਨਾ ਉਪਰੋਂ ਆ ਕੇ ਜੇ ਵੋਟਰ ਕੋਈ ਸਵਾਲ ਪੁੱਛੇ ਉਹਨਾਂ ਨੂੰ ਥੱਪੜ ਮਾਰਨੇ ਸੋ ਤੁਸੀਂ ਦੋਹਾਂ ਦੀ ਗੱਲ ਸੁਣੀ ਰਜਿੰਦਰ ਕੌਰ ਪਠੱਲ ਦੀ ਗੱਲ ਵੀ ਸੁਣੀ ਔਰ ਤੁਸੀਂ ਉਸ ਨੌਜਵਾਨ ਦੀ ਗੱਲ ਵੀ ਸੁਣੀ ਜਿਹੜਾ ਸਵਾਲ ਚੱਕ ਰਿਹਾ ਸੀ ਕਿਤੇ ਨਾ ਕਿਤੇ ਸਵਾਲਾਂ ਦੇ ਜਵਾਬ ਲੋਕਤੰਤਰ ਚ ਦੇਣੇ ਪੈਣਗੇ ਕਹਿੰਦੇ ਪਹਿਲਾਂ ਕੇਵਲ ਢਿੱਲੋਂ ਵੀ ਉੱਥੇ ਮੌਜੂਦ ਸੀ ਉਸ ਤੋਂ ਵੀ ਸਵਾਲ ਪੁੱਛੇ ਗਏ ਸਨ ਪਰ ਕੇਵਲ ਢਿੱਲੋਂ ਉਹਨਾਂ ਨੇ ਜਵਾਬ ਨਹੀਂ ਦਿੱਤਾ ਸੋ ਬੀਬੀ ਰਜਿੰਦਰ ਕੌਰ ਪਠੱਲ ਬਾਰੇ ਸਵਾਲ ਇਹ ਪੁੱਛ ਰਹੇ ਸੀ ਕਿ ਤੁਸੀਂ 25 ਸਾਲਾਂ ਚ ਉੱਥੇ ਕੀ ਕੀਤਾ ਸੋ ਮੈਨੂੰ ਲੱਗਦਾ ਉਹ ਵੇਲਾ ਆ ਗਿਆ ਕਿ ਲੀਡਰ ਜਦੋਂ ਕਿਸੇ ਵੀ ਹਲਕੇ ਚ ਜਾਣ ਕਿਸੇ ਵੀ ਅਸੈਂਬਲੀ ਚ ਜਾਣ ਤੇ ਘਟੋ ਘਟ ਉਹਨਾਂ ਕੋਲੇ ਸੂਚੀ ਹੋਣੀ ਚਾਹੀਦੀ ਹੈ ਕਿ ਅਸੀਂ ਇਸ ਹਲਕੇ ਲਈ ਕੀ ਕੀ ਕੰਮ ਕੀਤਾ ਹੈ ਕਿਉਂਕਿ ਲੋਕ ਜਾਗਰੂਕ ਹੋ ਰਹੇ ਨੇ ਲੋਕ ਸਵਾਲ ਇਸ ਕਰਕੇ ਪੁੱਛ ਰਹੇ ਨੇ ਕਿ ਲੀਡਰ ਲਾਰੇ ਬਹੁਤ ਵੱਡੇ ਲਾਉਣ ਲੱਗ ਗਏ ਮੋਦੀ ਸਾਹਿਬ ਕਹਿੰਦੇ ਸੀ 2-2 ਕਰੋੜ ਨੌਕਰੀਆਂ ਮੋਦੀ ਸਾਹਿਬ ਕਹਿੰਦੇ ਸੀ ਕਾਲਾ ਧਨ ਵਿਦੇਸ਼ਾਂ ਚੋਂ ਲਿਆਵਾਂਗੇ ਲੋਕਾਂ ਨੂੰ ਆਸ ਬਣਾਤੀ ਕਈ ਲੀਡਰਾਂ ਨੇ ਵੀ ਜੇ ਕਾਲਾ ਧਨ ਆ ਗਿਆ ਤੇ ਖਾਤਿਆਂ ਚ ਪੈਸੇ ਆ ਜਾਣਗੇ ਨਹੀਂ ਆਏ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਸੀ ਸਮੁੱਚੀ ਕਿਸਾਨੀ ਦਾ ਕਰਜ਼ਾ ਮਾਫ਼ ਨਹੀਂ ਹੋਇਆ ਘਰ ਘਰ ਮੋਬਾਈਲ ਫੋਨ ਮੈਂ ਮਨਪ੍ਰੀਤ ਬਾਦਲ ਨੂੰ ਸੁਣਿਆ ਟੈਲੀਵਿਜ਼ਨ ਚੈਨਲਾਂ ਦੇ ਮਨਪ੍ਰੀਤ ਬਾਦਲ ਕਾਫੀ ਬੋਲਿਆ ਕਿ ਅਸੀਂ ਦੀਵਾਲੀ ਤੱਕ ਦੇ ਦੇਾਂਗੇ ਦੀਵਾਲੀ ਲੰਘੀ ਕਈਆਂ ਦਾ ਤਾਂ ਦਿਵਾਲਾ ਵੀ ਨਿਕਲ ਗਿਆ ਉਦੋਂ ਤੱਕ ਸੋ ਦਿਵਾਲੀ ਤੋਂ ਅੱਗੇ ਵਾਲੀ ਗੱਲ ਆ ਗਈ ਵਿਸਾਖੀ ਵੀ ਲੰਘ ਗਈ ਹਜੇ ਤੱਕ ਮੋਬਾਈਲ ਫੋਨ ਕਿਸੇ ਨੂੰ ਨਹੀਂ ਦਿੱਤੇ ਗਏ ਸੋ ਲੋਕਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਗਿਲਾ ਹੈ ਸਭ ਤੋਂ ਵੱਡਾ ਗਿਲਾ ਬੇਅਦਬੀ ਦੇ ਮਾਮਲੇ ਦਾ ਇਨਸਾਫ ਨਹੀਂ ਮਿਲਿਆ ਇਹ ਵੀ ਲੋਕਾਂ ਨੂੰ ਗਿਲਾ ਹੈ ਬੇਅਦਬੀ ਦੇ ਮਸਲੇ ਤੇ ਲੋਕ ਅਕਾਲੀ ਦਲ ਤੋਂ ਵੀ ਸਵਾਲ ਪੁੱਛ ਰਹੇ ਨੇ ਕਾਲੀਆਂ ਝੰਡੀਆਂ ਵੀ ਵਖਾਰੇ ਨੇ ਔਰ ਕਾਂਗਰਸ ਤੋਂ ਵੀ ਸਵਾਲ ਪੁੱਛ ਰਹੇ ਨੇ ਔਰ ਇਹ ਲਗਾਤਾਰ ਲੋਕਾਂ ਦੇ ਵਿੱਚ ਜਿਹੜਾ ਰੋਸ ਹੈ ਉਹ ਇਸ ਗੱਲ ਦਾ ਹੈ ਕਿ ਲੀਡਰ ਵੱਡੇ ਵੱਡੇ ਵਾਅਦੇ ਕਰਦੇ ਨੇ ਸੋ ਜ਼ਰੂਰੀ ਇਹ ਹੈ ਕਿ ਲੀਡਰ ਆਪਣੇ ਵਾਅਦਿਆਂ ਦਾ ਜਿਹੜਾ ਨਾਪ ਹੈ ਉਹ ਛੋਟਾ ਰੱਖਣ ਉਹਨੇ ਇੱਕ ਵਾਅਦੇ ਕਰਨ ਜਿੰਨੇ ਕੁ ਵਾਅਦੇ ਉਹ ਪੂਰੇ ਕਰ ਸਕਦੇ ਨੇ ਕਿਉਂਕਿ ਹੁਣ ਝੂਠ ਤੂਫਾਨ ਵਾਲੇ ਵਾਅਦੇ ਲੀਡਰਾਂ ਦੇ ਨਹੀਂ ਚੱਲਣੇ ਲੋਕ ਸਵਾਲ ਪੁੱਛਣ ਲੱਗੇ ਨੇ ਲੋਕਤੰਤਰ ਚ ਸਿਹਤਮੰਦ ਸਵਾਲ ਪੁੱਛੇ ਜਾਣੇ ਚਾਹੀਦੇ ਨੇ ਆਮ ਵੋਟਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਸਿਹਤਮੰਦ ਤਰੀਕੇ ਨਾਲ ਸਵਾਲ ਪੁੱਛਣ ਤਾਂ ਕਿ ਲੀਡਰ ਕੋਈ ਵੀ ਲਕੂਲਾ ਨਾ ਕੱਢ ਲੈ ਤੁਹਾਡੇ ਸਵਾਲ ਤੋਂ ਬਚਣ ਦਾ ਸੋ ਸੇਤਮਨ ਤੇ ਇੱਜ਼ਤ ਨਾਲ ਸਵਾਲ ਪੁੱਛਾਂਗੇ ਤੇ ਇਹ ਜ਼ਿਆਦਾ ਚੰਗੀ ਗੱਲ ਹੋਏਗੀ ਤੇ ਲੀਡਰਾਂ ਨੂੰ ਆਦਤ ਪਾ ਲੈਣੀ ਚਾਹੀਦੀ ਹੈ ਕਿ ਉਹ ਸਵਾਲਾਂ ਦੇ ਜਵਾਬ ਦੇਣ ਫਿਲਹਾਲ ਅੱਜ ਖਬਰ ਪੜਤਾਲ ਦੇ ਇਸ ਐਪੀਸੋਡ ਦੇ ਵਿੱਚ ਇੰਨਾ ਹੀ ਬਹੁਤ ਬਹੁਤ ਧੰਨਵਾਦ